ਜੀਤ ਵੈਬ ਟੀਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ सुरेंद्रਪਾਲ ਸਿੰਘ ਵਰਪਾਲ ਭਾਰਤ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਪਰ تراਸ਼ਦੀ ਹਮੇਸ਼ਾ ਰਹੀ ਹੈ ਕਿ ਇਤਿਹਾਸ ਨੂੰ ਹਮੇਸ਼ਾ ਹੀ ਯਾਦ ਨਹੀਂ ਰੱਖਿਆ ਗਿਆ ਸਗੋਂ ਵਿਸਾਰਿਆ ਗਿਆ ਹੈ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹਰਸ਼ਾ ਸ਼ੀਨਾ ਪਿੰਡ ਦੇ ਵਿੱਚ ਅਜਿਹੇ ਪ੍ਰਾਤਨਥਾਂ ਦੀ ਜੋ ਬਹੁਤ ਪ੍ਰਾਤਨਨ ਪਰ ਇਤਿਹਾਸ ਦੇ ਮੁਤਾਬਕ ਉਹਨਾਂ ਦੀਆਂ ਵੱਖ-ਵੱਖ ਪਰਤਾਂ ਜਦੋਂ ਖੁੱਲਦੀਆਂ ਨੇ ਨੇਤਾ ਸਰਕਾਰਾਂ ਨੇ ਉਹਨਾਂ ਨੂੰ ਸਾਹਮਣਾ ਠੀਕ ਨਹੀਂ ਸਮਝਿਆ ਆਖਿਰ ਇਹ ਥੇ ਜਿਹੜੇ ਨੇ ਅਲੋਪ ਹੁੰਦੇ ਜਾ ਰਹੇ ਨੇ ਤੇ ਐਸੇ ਵਿਲੇ ਜਿਹੜੇ ਸੁੰਗੜ ਕੇ ਬਿਲਕੁਲ ਨਾ ਮੱਤ ਰਹਿ ਗਏ ਨੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਅਜਿਹੇ ਪ੍ਰਾਤਨ ਥੇ ਬਾਰੇ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ 2700 ਸਾਲ ਪੁਰਾਣੇ ਜਿਹੜੇ ਇਹ ਥੇ ਨੇ ਅਤੇ ਬਹੁਤ ਸਾਰਾ ਇਤਿਹਾਸ ਆਪਣੀ ਬੁੱਕਲ ਦੇ ਵਿੱਚ ਲੁਬੇੜ ਕੇ ਬੈਠੇ ਹੋਏ ਨੇ ਕਿਸ ਤਰੀਕੇ ਦਾ ਇਤਿਹਾਸ ਰਿਹਾ ਹੈ ਸਰਕਾਰਾਂ ਕਿੱਥੇ ਕਿੱਥੇ ਫੇਲ ਹੋਈਆਂ ਨੇ ਤਾਂ ਕੀ ਕੁਝ ਕਰਨ ਦੀ ਲੋੜ ਹੈ ਆਓ ਅੱਜ ਜਾਣਦੇ ਹਾਂ ਹਰਸ਼ਾ ਸ਼ੀਨਾ ਦੇ ਪ੍ਰਾਤਨ ਥੇ ਬਾਰੇ ਜਿਹੜਾ ਤੁਸੀਂ ਥੇ ਦੇਖ ਰਹੇ ਹੋ ਆਮ ਲੋਕਾਂ ਵਾਸਤੇ ਤਾਂ ਸਿਰਫ ਇੱਕ ਮਿੱਟੀ ਹੈ ਪਰ ਜਦੋਂ ਇਤਿਹਾਸਕਾਰਾਂ ਦੇ ਮੁਤਾਬਕ ਗੱਲ ਕੀਤੀ ਜਾਂਦੀ ਹੈ ਤਾਂ ਬਹੁਤ ਸਾਲ ਪੁਰਾਣੇ ਕਿਹਾ ਜਾਂਦਾ ਹੈ ਕਿ ਕੋਈ 4000 ਸਾਲ ਪੁਰਾਣਾ ਦੱਸ ਰਿਹਾ ਹੈ ਤੇ ਕੋਈ 2700 ਸਾਲ ਪੁਰਾਣਾ ਇਹਨਾਂ ਨੂੰ ਦੱਸ ਰਿਹਾ ਹੈ ਜਦੋਂ ਇਹਨਾਂ ਦੇ ਉੱਪਰ ਖੋਜ ਕੀਤੀ ਜਾਂਦੀ ਹੈ ਤਾਂ ਬਹੁਤ ਦੁਰਲਭ ਵਸਤੂਆਂ ਜਿਹੜੀਆਂ ਨੇ ਇੱਥੋਂ ਮਿਲਦੀਆਂ ਨੇ ਆ ਇਹਨਾਂ ਨੂੰ ਸੰਭਾਲ ਕੇ ਵੀ ਰੱਖਿਆ ਜਾ ਰਿਹਾ ਹੈ ਕੁਝ ਜਿਹੜੇ ਨੇ ਪ੍ਰੇਮੀ ਨੇ ਪ੍ਰਾਤਤਵ ਖੋਜ ਕਰਤਾ ਨੇ ਉਹਨਾਂ ਵੱਲੋਂ ਬਹੁਤ ਸਾਰੀ ਮਿਹਨਤ ਵੀ ਕੀਤੀ ਜਾ ਰਹੀ ਹੈ ਪਰ ਤਰਾਸ਼ ਦੀ ਆਖਰ ਇੱਥੇ ਆ ਕੇ ਮੁੱਕ ਜਾਂਦੀ ਹੈ ਕਿ ਸਰਕਾਰਾਂ ਵੱਲੋਂ ਅਜਿਹੇ ਸਜੋਗ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਸੋ ਅੱਜ ਅਸੀਂ ਹੋਰ ਵੀ ਡੂੰਗੀ ਜਾਣਕਾਰੀ ਜਿਹੜੀ ਆ ਹਾਸਲ ਕਰਾਂਗੇ ਇਹਨਾਂ ਬਾਰੇ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਜਿਹੜੀ ਲਵਾਂਗੇ ਕਿ ਇਹ ਸਿਰਫ ਪ੍ਰਾਤਨ ਮਿੱਟੀ ਜਿਹੜੀ ਥੇ ਨਹੀਂ ਐ ਇਸ ਦੇ ਵਿੱਚ ਬਹੁਤ ਦੁਰਲਭ ਅਜਿਹੇ ਖਜ਼ਾਨਾ ਐ ਜਿਹੜਾ ਅੱਜ ਵੀ ਇੱਥੇ ਮੌਜੂਦ ਐ ਤੇ ਜੇਕਰ ਇਸ ਦੇ ਉੱਤੇ ਸੰਜੀਦਗੀ ਦੇ ਨਾਲ ਕੰਮ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਪਰਤਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆ ਸਕਦੀਆਂ ਨੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪ੍ਰਾਤਤਵ ਖੋਜ ਕਰਤਾ ਦੇਵਦਰ ਜੀ ਇੱਕ ਸ਼ਾਇਰ ਵੀ ਨੇ ਸਾਹਿਤਕ ਆਰਵੀ ਨੇ ਤੇ ਬਹੁਤ ਪਿਆਰ ਰੱਖਦੇ ਨੇ ਪੁਰਾਤਨ ਜਿਹੜੀਆਂ ਵਸਤੂਆਂ ਨੇ ਪੁਰਾਤਨ ਇਤਿਹਾਸ ਹੈ ਉਸ ਦੇ ਬਾਰੇ ਜਾਣਕਾਰੀ ਇਕੱਠੀ ਕਰਨ। ਦੀਪਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਜੀ। ਬਿਹਤ ਸ਼ੁਕਰੀਆ ਜੀ।proptoਲ ਸਾਹਿਬ। ਅ ਅੱਜ ਤੁਸੀਂ ਇੱਥੇ ਆਏ ਹੋ ਮੈਨੂੰ ਬਹੁਤ ਖੁਸ਼ੀ ਹੋਈ ਹੈ। ਮੈਂ ਇਸ ਥੇ ਦੇ ਉੱਤੇ ਪਿਛਲੇ 30 ਸਾਲਾਂ ਤੋਂ ਆ ਰਿਹਾ ਹਾਂ। ਔਰ ਪੰਜਾਬ ਦੇਆਂ ਜਿਹੜੀਆਂ ਹਿਸਟੋਰੀਕਲ ਸਾਈਟਸ ਨੇ ਇਹ ਥੇ ਉਹਨਾਂ ਤੋਂ ਸਾਰਿਆਂ ਨਾਲੋਂ ਵਿਲੱਖਣ ਹੈ। ਜਿਹੜਾ ਪੰਜਾਬ ਆਰਕੀਓਲੋਜੀ ਵਿਭਾਗ ਤੇ ਉੱਥੋਂ ਦੇ ਖੋਜ ਵਿਦਿਆਰਥੀ ਜਿਹੜੇ ਨੇ ਇੱਥੋਂ ਦੀਆਂ ਮਿਲੀਆਂ ਚੀਜ਼ਾਂ ਤੋਂ ਇਹ ਅੰਦਾਜ਼ਾ ਲਗਾਉਂਦੇ ਨੇ ਕਿ ਇਹ ਥੇ ਜਿਹੜਾ ਉਸ 600 BC ਦਾ ਹੈ ਲਗਭਗ 2700 ਸਾਲ ਪੁਰਾਣਾ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਮਿਲੀਆਂ ਹੋਣਗੀਆਂ ਉਹਨਾਂ ਤੋਂ ਅੰਦਾਜ਼ੇ ਲਗਾਉਂਦੇ ਹੋਣਗੇ ਲੇਕਿਨ ਮੈਂ ਜਦੋਂ ਇੱਥੇ ਬਰਸਾਤਾਂ ਦੇ ਦਿਨਾਂ ਚਾਹੁੰਦਾ ਜਦੋਂ ਇੱਥੇ ਮੀਂਹ ਪੈਂਦਾ ਤੇ ਚੀਜ਼ਾਂ ਉੱਪਰ ਆ ਜਾਂਦੀਆਂ ਨੇ ਛੋਟੇ-ਛੋਟੇ ਬੱਚੇ ਮੇਰੇ ਵਾਸਤੇ ਚੀਜ਼ਾਂ ਲੱਭਦੇ ਨੇ ਤੇ ਮੈਂ ਇਹ ਇਹ ਗੱਲ ਜਿਹੜੀਆਂ ਮੈਨੂੰ ਚੀਜ਼ਾਂ ਮਿਲੀਆਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਸਾਈਟ ਬਹੁਤ ਪੁਰਾਣੀ ਹੈ ਨਾ ਸਿਰਫ ਪੁਰਾਣੀ ਹੈ ਬਲਕਿ ਇਹ ਪੰਜਾਬ ਦੀਆਂ ਜਿਹੜੀਆਂ ਹਿਸਟੋਰੀਕਲ ਸਾਈਟਸ ਨੇ ਉਹਨਾਂ ਤੋਂ ਵਿਲੱਖਣ ਹੈ ਕਿਉਂਕਿ ਇਸ ਸਾਈਟ ਤੋਂ ਸਾਡੀ ਗ੍ਰੇ ਪਾਊਟਰੀ ਮਿਲਦੀ ਹੈ ਇਸ ਸਾਈਟ ਤੋਂ ਬਲੈਕ ਐਂਡ ਪ੍ਰਿੰਟਡ ਪਾਊਟਰੀ ਜਿਹੜੀ ਆ ਉਹ ਮਿਲਦੀ ਹੈ ਇਸ ਜਿਹੜਾ ਥੇ ਹੈ ਇਹ ਇਹ ਇੰਨਾ ਫਾਈਨ ਥੇ ਹੈ ਕਿ ਇਹ ਇਹਨੂੰ ਨਾਰਥਰਨ ਇੰਡੀਆ ਦਾ ਇੱਕ ਬੈਸਟ ਸਾਈਟ ਕਿਹਾ ਜਾ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਸੰਘੋਲ ਦੇ ਵਿੱਚ ਸਾਨੂੰ ਬਹੁਤ ਕੁਝ ਪ੍ਰਾਣੀਆਂ ਪੰਜ ਸਭਿਆਤਾਵਾਂ ਦੇ ਅਵਸ਼ੇਸ਼ ਮਿਲੇ ਨੇ ਉਸ ਤਰ੍ਹਾਂ ਇਹ ਜਿਹੜੀ ਸਾਈਟ ਹੈ ਇਹ ਕੁਸ਼ਾਨਾਂ ਦਾ ਜਿਹੜਾ ਤੀਸਰਾ ਰਾਜਾ ਸੀਗਾ ਕਨਿਸ਼ਕ ਕੁਸ਼ਾਨ ਉਹਦੀ ਕੈਪੀਟਲ ਕਿਹਾ ਜਾਂਦਾ ਰਿਹਾ ਕਿ ਉਹਦੀ ਰਾਜਧਾਨੀ ਸੀ ਕਨਿਸ਼ਕ ਕੁਸ਼ਾਨ ਦੀ ਔਰ ਉਹਨਾਂ ਨੇ 7th 100 BC ਤੋਂ ਲੈ ਕੇ 10ਵੀਂ ਸਦੀ ਤੱਕ ਉਹ ਇੱਥੇ ਰਹੇ ਤੇ ਬਹੁਤ ਸਾਰੀਆਂ ਡਾਇਨੈਸਟੀਆਂ ਆਈਆਂ ਉਸ ਤੋਂ ਬਾਅਦ ਮੁਗਲ ਸਾਮਰਾਜ ਇੱਥੇ ਰਿਹਾ ਲੇਕਿਨ ਇਹ ਕਿਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਕ ਤੇ ਇਹ ਅੱਜ ਅੰਮ੍ਰਿਤਸਰ 에어ਪੋਰਟ ਦੇ ਬਿਲਕੁਲ ਨਜ਼ਦੀਕ ਹੈ। ਔਰ ਦੂਸਰਾ ਜਿਹੜਾ ਇਹਦੇ ਤੇ ਆਰਕੀਓਲੋਜੀ ਵਿਭਾਗ ਨੂੰ ਕੰਮ ਕਰਨਾ ਚਾਹੀਦਾ ਹੈ। ਔਰ ਜਿਹੜੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ ਉਹਨਾਂ ਨੂੰ ਇੱਥੇ ਮਿਊਜ਼ੀਅਮ ਬਣਾ ਕੇ ਜਿਹੜੇ ਗੁਰੂ ਨਗਰੀ ਦੇ ਵਿੱਚ ਸਾਡੇ ਟੂਰਿਸਟ ਆਉਂਦੇ ਨੇ ਉਹਨਾਂ ਵਾਸਤੇ ਇੱਕ ਇਤਿਹਾਸਿਕ ਥਾਂ ਦੇ ਤੌਰ ਤੇ ਇਹਨੂੰ ਉਭਾਰਨਾ ਚਾਹੀਦਾ ਹੈ। ਮੈਂ ਤੁਹਾਡੇ ਟੀਵੀ ਦੀ अजीत ਵੈਬ ਟੀਵੀ ਦੇ ਮਾਧਿਅਮ ਰਾਹੀਂ ਇਹ ਗੱਲ ਸਰਕਾਰ ਨੂੰ ਜ਼ਰੂਰ ਕਹਾਂਗਾ ਕਿ ਆਰਕੀਓਲੋਜੀ ਵਿਭਾਗ ਤੇ ਸਾਡੇ ਖੋਜ ਵਿਦਿਆਰਥੀ ਇੱਥੇ ਕੰਮ ਕਰਨ ਮੈਂ ਉਹਨਾਂ ਦੀ ਹੈਲਪ ਕਰਾਂਗਾ ਜਿੰਨੀ ਵੀ ਹੋ ਸਕਦੀ ਹੈ ਪਿਛਲੇ 30 ਸਾਲਾਂ ਦਾ ਮੇਰਾ ਤਜਰਬਾ ਜਿਹੜਾ ਹੈਗਾ ਉਹ ਮੈਂ ਉਹਨਾਂ ਨਾਲ ਸਾਂਝਾ ਕਰਾਂਗਾ ਇੱਥੋਂ ਜਿਹੜੇ ਸਮਾਨ ਲੱਭਦਾ ਇੱਥੇ ਜਿਹੜੇ ਡੀਸੀ ਸਾਹਿਬ ਨੇ ਉਹ ਵੀ ਚਾਹ ਮੰਨਨੇ ਸਾਡੇ ਆਫੀਸਰ ਬਹੁਤ ਹੱਸ ਕਰਕੇ ਕਾਂ ਸਿੰਘ ਪੰਨੂ ਹੋਣੀ ਸਾਡੇ ਸੀਨੀਅਰ ਆਫੀਸਰ ਜਿਹੜੇ ਉਹ ਚਾਹ ਮੰਨਨੇ ਕਿ ਇਹਨੂੰ ਦੁਨੀਆ ਦੇ ਨਕਸ਼ੇ ਤੇ ਲਿਆਂਦਾ ਜਾਵੇ ਇਹ ਇੱਕ ਜਿਹੜਾ ਅਸੀਂ ਇਹਨੂੰ ਹਰਸ਼ਾ ਕਰਕੇ ਕਹਿੰਨੇ ਆ ਹਰਸ਼ਾ ਸ਼ੀਨਾ ਤੇ ਇਹ ਹਰਸ਼ਾ ਸ਼ੀਨਾ ਜਿਹੜਾ ਹੈਗਾ ਹਿਊਨ ਸੰਗ ਨੇ ਆਪਣੇ ਟਰੈਵਲ ਲੌਗ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਤੇ ਇਹਨੂੰ ਹਰਸ਼ਾ ਪੱਟੀ ਕਿਹਾ ਤੇ ਆਖਦੇ ਨੇ ਕਿ ਹਿਊਨ ਸੰਗ ਇੱਥੇ 3 ਮਹੀਨੇ ਰਿਹਾ ਸੀ ਤੇ ਉਹਨੇ ਇਸ ਕਰਕੇ ਆਪਣੇ ਟ੍ਰੈਵਲ ਲੌਗ ਦੇ ਵਿੱਚ ਇਹਦਾ ਜ਼ਿਕਰ ਕੀਤਾ ਤੇ ਹਰਸ਼ਾ ਦਾ ਮਤਲਬ ਕੁਸ਼ਾਨ ਪਾਸ਼ਾ ਦੇ ਵਿੱਚ ਆ ਤਿੰਨ 1 2 3 ਤਿੰਨ ਡਿਜੀਟ ਤੋਂ ਤੇ ਤਿੰਨ ਕਿਉਂ ਕਿਹਾ ਗਿਆ ਇਹਨੂੰ ਕਿਉਂਕਿ ਇਹਦੇ ਤਿੰਨ ਭਾਗ ਸੀਗੇ ਜਿਹੜਾ ਆਲੇ-ਦੁਆਲੇ ਦਾ ਹਰਾ ਇਲਾਕਾ ਸੀਗਾ ਉਹਨੂੰ ਸਬਜ਼ ਪੁਰਾ ਕਹਿੰਦੇ ਸੀ ਤੇ ਜਿਹੜਾ ਆਲੇ-ਦੁਆਲੇ ਫਿਰ ਉੱਚਾ ਏਰੀਆ ਸ਼ੁਰੂ ਹੋ ਜਾਂਦਾ ਸੀ ਉਹਨੂੰ ਕਿਲਾ ਕਹਿੰਦੇ ਸੀ ਤੇ ਜਿੱਥੇ ਅਸੀਂ ਬੈਠੇ ਹੋਏ ਆ ਇਹਨੂੰ ਵਿਚਕਾਰ ਲਾ ਕਿਲਾ ਵੱਡਾ ਕਿਲਾ ਇਹਨੂੰ ਕਹਿੰਦੇ ਸੀਗੇ ਔਰ ਆਖਦੇ ਨੇ ਕਿ ਇਸ ਕਿਲੇ ਤੋਂ ਜਿਹੜਾ ਲਾਹੌਰ ਨਜ਼ਰ ਆਉਂਦਾ ਸੀ ਤੇ ਇਹ ਹੁਣ ਜਿਹੜੇ ਲੋਕ ਇੱਥੇ ਵੱਸਦੇ ਨੇ ਉਹ ਥੋੜੇ ਸਾਲ ਪਹਿਲੋਂ ਦੀਆਂ ਗੱਲਾਂ ਕਰਦੇ ਨੇ ਕਿ ਇਸ ਕਿਲੇ ਤੇ ਉੱਤੇ ਖੜਾ ਹੋ ਕੇ ਲਾਹੌਰ ਦੀਆਂ ਲਾਈਟਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਸੀਗੀਆਂ ਸਾਨੂੰ ਇਹ ਚਾਹੀਦਾ ਹੈ ਕਿ ਇਸ ਕਿਲੇ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਹੋਵੇ ਜੋ ਇਹਦੇ ਚੋਂ ਮਿਲ ਰਿਹਾ ਉਹਨੂੰ ਇਕੱਠਾ ਕੀਤਾ ਜਾਵੇ ਉਹਨੂੰ ਅਜਾਈ ਜਿਹੜਾ ਉਹ ਵੇਸਟ ਨਾ ਕੀਤਾ ਜਾਵੇ ਤਾਂ ਕਿ ਅਸੀਂ ਟੂਰਿਜ਼ਮ ਦੇ ਤੌਰ ਤੇ ਇਸ ਸਾਈਟ ਨੂੰ ਡਿਵੈਲਪ ਕਰ ਸਕੀਏ ਲੋਕਾਂ ਦੇ ਸਾਹਮਣੇ ਔਰ ਦੁਨੀਆ ਦੇ ਨਕਸ਼ੇ ਤੇ ਇਹਨੂੰ ਲਿਆ ਸਕੀਏ ਅ ਇਹਦੀਆਂ ਪਰਤਾਂ ਦੇਖਦੇ ਨੇ ਬਹੁਤ ਸਾਰੀਆਂ ਪਰਤਾਂ ਇਡੀਆਂ ਸਾਹਮਣੇ ਆਉਂਦੀਆਂ ਨੇ ਤੁਸੀਂ ਕਿਵੇਂ ਮੰਨਦੇ ਹੋ ਕਿ ਕਿਸ ਤਰੀਕੇ ਦੀਆਂ ਪਰਤਾਂ ਨੇ ਕੀ ਕੋਜੇਦੇ ਚ ਅੱਜ ਵੀ ਦੁਰਲੱਭ ਖਜ਼ਾਨਾ ਜਿਹੜਾ ਮਿਲ ਸਕਦਾ ਏ ਕੀ ਕੁਝ ਕੰਮ ਕਰਨ ਦੀ ਲੋੜ ਹੈ ਜਦੋਂ ਆਰਕੀਓਲੋਜੀ ਵਿਭਾਗ ਵਾਲੇ ਕੰਮ ਕਰਦੇ ਨੇ ਤੇ ਉਹ ਟ੍ਰੈਂਚ ਖੋਦਦੇ ਨੇ ਲੇਕਿਨ ਇੱਥੇ ਟ੍ਰੈਂਚ ਖੋਦਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੱਥੇ ਲੋਕ ਡਿਚ ਮਸ਼ੀਨਾਂ ਲਗਾ ਕੇ ਮਿੱਟੀ ਪੁੱਟਦੇ ਨੇ ਤੇ ਡਿਚ ਮਸ਼ੀਨਾਂ ਜਿੱਥੋਂ ਚੱਲਦੀਆਂ ਨੇ ਉਥੋਂ ਸਾਰੀਆਂ ਸਾਈਟਸ ਔਰ ਸਾਰੀਆਂ ਧਰਤੀ ਦੀਆਂ ਲੇਅਰਜ਼ ਨਜ਼ਰ ਆਉਂਦੀਆਂ ਨੇ ਤੇ ਮੁਗਲ ਪੀਰੀਅਡ ਵੀ ਨਜ਼ਰ ਆਉਂਦਾ ਹੈ ਕੁਸ਼ਾਨ ਪੀਰੀਅਡ ਵੀ ਨਜ਼ਰ ਆਉਂਦਾ ਹੈ ਗੁਪਤਾ ਪੀਰੀਅਡ ਵੀ ਨਜ਼ਰ ਆਉਂਦਾ ਹੈ ਅਰਲੀ ਕੁਸ਼ਾਨ ਪੀਰੀਅਡ ਵੀ ਨਜ਼ਰ ਆਉਂਦਾ ਹੈ ਔਰ ਉਸ ਤੋਂ ਪ੍ਰਾਤਨ ਜਿਹੜਾ ਪੀਰੀਅਡ ਸਾਡੇ ਜਿਹਨੂੰ ਆਪਾਂ ਲੇਟਰ ਹੜੱਪਨ ਪੀਰੀਅਡ ਜਾਂ ਹੜੱਪਨ ਪੀਰੀਅਡ ਆਖਦੇ ਆ ਉਹ ਵੀ ਇੱਥੋਂ ਨਜ਼ਰ ਆਉਂਦਾ ਹੈ ਤੇ ਇਹ ਸਾਰੀਆਂ ਜਿਹੜੀਆਂ ਪਰਤਾਂ ਉਥੋਂ ਦੇਖੀਆਂ ਜਾ ਸਕਦੀਆਂ ਇੱਕ ਸਾਈਟ ਜਿੱ ਹੋਏਗੀ ਕਿ ਸਾਨੂੰ ਕਿਸੇ ਇੱਕ ਸਾਈਡ ਤੋਂ ਕਣਕ ਪਾਉਣ ਵਾਲਾ ਵੱਡਾ ਮੱਟ ਜਿਹੜਾ ਕਿਤੋਂ ਲੱਬਿਆ ਹੋਏਗਾ ਲੇਕਿਨ ਇੱਥੇ ਲਗਾਤਾਰ ਇੱਕ ਸੀਰੀ ਦੇ ਵਿੱਚ ਮੱਟ ਲੱਗੇ ਹੋਏ ਆ ਜੇ ਪੀਟਸ ਬਣੀਆਂ ਨੇ ਤੇ ਉਹ ਬਹੁਤ ਵੱਡੀ ਗਿਣਤੀ 'ਚ ਇਹਦਾ ਮਤਲਬ ਇਸ ਗਾ ਕਿ ਇੱਥੇ ਬਹੁਤ ਸਾਰੀ ਵਸੋਂ ਰਹੀ ਹੋਏਗੀ ਇਹ ਕਿਲੇ ਨੂੰ ਇੱਕ ਵਿਸ਼ੇਸ਼ ਕਿਲੇ ਦੇ ਤੌਰ ਤੇ ਜਿਹੜਾ ਵਰਤਿਆ ਜਾਂਦਾ ਰਹੇ ਹੋਏਗਾ ਕਿਉਂਕਿ ਅਸੀਂ ਬਾਰੀ ਹਮਲਾਵਰ ਜਿੰਨੇ ਵੀ ਸੀਗੇ ਉਹ ਇਧਰੋਂ ਆਉਂਦੇ ਸੀ ਔਰ ਉਹਨਾਂ ਨੂੰ ਰੋਕਣ ਵਾਸਤੇ ਇਸ ਦੁਰਗ ਦਾ ਇਸਤੇਮਾਲ ਜ਼ਰੂਰ ਕੀਤਾ ਗਿਆ ਹੋਏਗਾ ਇਹ ਵੱਡੀ ਇੱਕ ਖੋਜ ਦਾ ਜਿਹੜਾ ਬਿੰਦੂ ਹੈਗਾ ਕਿ ਸਾਡੇ ਇਤਿਹਾਸਕਾਰਾਂ ਨੂੰ ਇੱਥੇ ਆਉਣਾ ਚਾਹੀਦਾ ਆਰਕੀਓਲੋਜੀ ਵਿਭਾਗ ਨੂੰ ਮੈਂ ਦੁਬਾਰਾ ਕਹਿੰਦਾ ਕਿ ਉਹਨਾਂ ਨੂੰ ਇੱਥੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਔਰ ਵੱਡੇ ਸਾਡੇ ਆਰਕੀਓਲੋਜਿਸ ਇੱਥੇ ਆਉਣ ਇਥੋਂ ਦੀ ਖੋਜ ਕਰਨ ਤੇ ਇਥੋਂ ਵਿੱਚ ਮਿਲਣ ਵਾਲੀਆਂ ਚੀਜ਼ਾਂ ਜਿਹੜੀਆਂ ਉਹਨੂੰ ਸਾਹਮਣੇ ਰੱਖਣ ਇਹ ਕਿੰਨੇ ਕੇਕਰ ਦੇ ਵਿੱਚ ਫੈਲਿਆ ਸੀ ਤੇ ਹੁਣ ਕਿੰਨਾ ਕਿਸੀਮਤ ਹੋ ਗਿਆ ਹੈ ਇਹ ਪਹਿਲੋਂ ਜਦੋਂ ਮੈਂ 30 ਸਾਲ ਪਹਿਲੋਂ ਆਉਂਦਾ ਸੀਗਾ ਤੇ ਬਹੁਤ ਦੂਰ ਦੂਰ ਤੱਕ ਇਹਦਾ ਤੁਸੀਂ ਉਹ ਦੇਖੋ ਨਾ ਉਹ ਬਣੀਆਂ ਹੋਈਆਂ ਨੇ ਹੁਣ ਸਿਵੇ ਬਣਾ ਦਿੱਤੇ ਨੇ ਲੇਕਿਨ ਆਲੇ ਦੁਆਲੇੋਂ ਮਿੱਟੀ ਪੁੱਟ ਕੇ ਇਹਨਾਂ ਨੇ ਪੈਲੀਆਂ ਬਣਾ ਦਿੱਤੀਆਂ ਇਹ ਸਾਰਾ ਵਕਫ ਬੋਰਡ ਦੇ ਅੰਦਰ ਹੈ ਨੇ ਕਹਿੰਦੇ ਮੀਲਾ ਮੀਲਾ ਦੂਰ ਸੀਗਾ ਔਰ ਹੋ ਸਕਦਾ ਹੈ ਕਿ ਹਮਲਿਆਂ ਕਰਕੇ ਇਹ ਨਾਸ਼ ਹੋ ਗਿਆ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਇੱਥੋਂ ਰਾਵੀ ਨਿਕਲਦੀ 시ਗੀ ਤੇ ਉਹਨਾਂ ਦਿਨਾਂ 'ਚ ਕਿਉਂਕਿ ਬੰਨ ਨਹੀਂ ਸੀ ਹੁੰਦੇ ਤੇ ਰਾਵੀ ਜਿਹੜੀ ਉਹ ਫਿਰ ਦਰਿਆ ਜਿਹੜੇ ਸੀਗੇ ਉਹਨਾਂ ਦੀਆਂ ਆਫਸ਼ੂਟਸ ਬਣ ਜਾਂਦੀਆਂ ਸੀ ਹੜ ਆ ਜਾਂਦੇ ਸੀਗੇ ਤੇ ਬਹੁਤ ਕੁਝ ਗਰਕ ਹੋ ਜਾਂਦਾ ਸੀਗਾ ਹੋ ਸਕਦਾ ਪਾਣੀ ਨੇ ਗਰਕ ਕਰ ਦਿੱਤਾ ਹੋਵੇ ਸਮੇਂ-ਸਮੇਂ ਜਿਹੜੇ ਹਮਲੇ ਹੁੰਦੇ ਰਹੇ ਉਹਨਾਂ ਨੇ ਗਰਕ ਕਰ ਦਿੱਤਾ ਹੋਵੇ ਲੇਕਿਨ ਇਹ ਸਾਰਾ ਇੱਕ ਖੋਜ ਦਾ ਵਿਸ਼ਾ ਹੈਗਾ ਜਿਹਨੂੰ ਨਿਰੰਤਰ ਖੋਜ ਕਰਕੇ ਸਾਨੂੰ ਕਿ ਰਾਵੀ ਕਿਹੜੀ ਸਾਈਡ ਤੋਂ ਪਹਿਲਾਂ ਲੰਗੀ ਫਿਰ ਇਧਰ ਜਿਹੜੀ ਗਈ ਹੈ ਅਜਨਲ ਵੱਲ ਉਹ ਕਦੋਂ ਗਈ ਇਹ ਲੋਕਾਂ ਦੇ ਸਾਹਮਣੇ ਗੱਲਾਂ ਆਉਣੀਆਂ ਚਾਹੀਦੀਆਂ ਨੇ ਸਾਰੇ ਜੇਕਰ ਆਸਾਨ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਦੱਸਣਾ ਹੋਵੇ ਤਾਂ ਬੇਸਿਕਲੀ ਇਹ ਚੀਜ਼ ਹੈ ਕਿ ਪ੍ਰਾਤਨਥਿਤ ਹੈ ਇਤਿਹਾਸ ਵੀ ਹੈ ਮਤਲਬ ਜੇ ਥੋੜੇ ਸ਼ਬਦਾਂ ਦੱਸਣਾ ਹੋਵੇ ਭੀ ਅਸਲ ਦੇ ਵਿੱਚ ਇੱਥੇ ਵੱਸੂ ਸੀ ਜਾਂ ਕਿਲਾ ਸੀ ਥੋੜੇ ਸ਼ਬਦਾਂ ਚ ਆਸਾਨ ਸ਼ਬਦਾਂ ਜਿਨੂੰ ਕੀ ਕਹਿ ਸਕਦੇ ਮੈਂ ਇਹਨੂੰ ਕਹਾਂਗਾ ਕਿ ਇਹ ਜਿਹੜੇ ਸਾਡੇ ਕੋਲ ਕੁਸ਼ਾਨ ਡਾਇਨੈਸਟੀ ਹੋਈ ਹੈ ਉਹਨੇ ਹਿੰਦੁਸਤਾਨ ਤੇ ਬਹੁਤ ਲੰਬਾ ਸਮਾਂ ਰਾਜ ਕੀਤਾ ਤੇ ਇਹ ਕੁਸ਼ਾਨ ਡਾਇਨੈਸਟੀ ਦੇ ਤੀਸਰੇ ਰਾਜੇ ਜਿਹੜਾ ਕਨਿਸ਼ਕ ਕੁਸ਼ਾਨ ਸੀ ਉਹਦੀ ਰਾਜਧਾਨੀ ਸੀਗੀ ਉਹਦੀ ਕੈਪੀਟਲ ਸੀਗੀ ਔਰ ਜੇ ਕੈਪੀਟਲ ਹੋਏਗੀ ਤੇ ਨਿਸ਼ਚਿਤ ਤੌਰ ਤੇ ਬੜੀ ਡਿਵੈਲਪਡ ਹੋਏਗੀ ਔਰ ਇਹ ਇਲਾਕਾ ਕਿਵੇਂ ਕਿਵੇਂ ਉਜੜਿਆ ਇਹ ਇੱਕ ਖੋਜ ਦਾ ਕੇਂਦਰ ਹੋਏਗਾ ਇਥੇ ਤਾਂ ਪਤਾ ਲੱਗ ਸਕਦਾ ਕਿ ਜਿਸ ਤਰ੍ਹਾਂ ਸੰਘੋਲ ਵਾਂਗ ਇੱਥੇ ਵੀ ਕੰਮ ਕੀਤਾ ਜਾਵੇ ਇੱਥੇ ਜਿਹੜੀਆਂ ਜ਼ਮੀਨ ਦੇ ਵਿੱਚ ਦੱਬੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਕੱਢਿਆ ਜਾਵੇ ਤਾਂ ਪਤਾ ਲੱਗੇਗਾ ਅਦਰਵਾਈਜ਼ ਜਿਹੜਾ ਉਹ ਮਹਿਜ਼ ਇਹ ਗੱਲਾਂ ਰਹਿ ਜਾਣਗੀਆਂ ਕੋਈ ਲੋਕ ਇੱਥੇ ਆਉਂਦੇ ਨੇ ਪਿਕਚਰ ਬਣਾਉਂਦੇ ਨੇ ਤੇ ਇਹਨੂੰ ਹਾਸਾ ਸ਼ੀਨਾ ਤੇ ਕਹਿ ਕੇ ਤੇ ਉਹ ਹਰਸ਼ਵਰਧਨ ਦੇ ਨਾਲ ਜੋੜ ਦਿੰਦੇ ਐਕਚੁਅਲੀ ਇਹ ਬਹੁਤ ਪੁਰਾਣੀ ਸਾਈਟ ਹੈ ਮੈਂ ਸਮਝਦਾ ਇਹ ਇਹ ਸਾਡੀ ਹੜੱਪਨ ਸਾਈਟ ਦਾ ਇੱਕ ਪਾਰਟ ਹੈ ਤੁਸੀਂ ਪਿਛਲੇ 30 ਸਾਲਾਂ ਤੋਂ ਇਸ ਜਗ੍ਹਾ ਦੇ ਨਾਲ ਜੁੜੇ ਹੋਏ ਹੋ ਹੁਣ ਤੱਕ ਤੁਹਾਨੂੰ ਕੀ ਕੀ ਚੀਜ਼ਾਂ ਇੱਥੋਂ ਮਿਲੀਆਂ ਨੇ ਤੇ ਕੀ ਦੁਰਲਭ ਵਸਤੂਆਂ ਨੇ ਜਿਹੜਾ ਖਜ਼ਾਨਾ ਹੈ ਜਿਹੜਾ ਤੁਹਾਡੇ ਕੋਲ ਇਸ ਵੇਲੇ ਮੌਜੂਦ ਹੈ ਇਹ ਲੋਕ ਸੋਨੇ ਨੂੰ ਸਭ ਨਾਲੋਂ ਕੀਮਤੀ ਸਮਝਦੇ ਆ ਮੈਂ ਮਿੱਟੀ ਦੇ ਬਰਤਨਾਂ ਨੂੰ ਸਭ ਨਾਲੋਂ ਕੀਮਤੀ ਸਮਝਦਾ ਹਾਂ ਇਥੋਂ ਮਿੱਟੀ ਦੇ ਬਰਤਨ ਬਹੁਤ ਕੀਮਤੀ ਮਿਲੇ ਆ ਔਰ ਹੜੱਪਣ ਪੀਰੀਅਡ ਦੇ ਬਰਤਨ ਮਿਲੇ ਆ ਜਿਨ੍ਹਾਂ ਦਾ ਵਜ਼ਨ ਨਹੀਂ ਹੈਗਾ ਹੱਥੇ ਰੱਖੋ ਤੇ ਬਿਲਕੁਲ ਵਜ਼ਨ ਨਹੀਂ ਹੋਏਗਾ ਇਥੋਂ ਸਾਨੂੰ ਬੈਂਗਲਸ ਮਿਲੀਆਂ ਨੇ ਇਥੋਂ ਜਿਹੜੀ ਉੱਪਰਲੀ ਲੇਅਰ ਆ ਇਥੋਂ ਹਾਰਸੈਂਡ ਬੁੱਲ ਦੇ ਕਾਇਨ ਮਿਲੇ ਨੇ ਤੇ ਇਹ ਇਥੋਂ ਜਿਹੜਾ ਮੱਟ ਮਿਲੇ ਨੇ ਬਹੁਤ ਸਾਰੇ ਔਰ ਬੀਡਸ ਹੁੰਦੇ ਨੇ ਜਿਹੜੇ ਉਸ ਸਮੇਂ ਲੋਕ ਗਲੇ 'ਚ ਪਾਉਂਦੇ ਸੀਗੇ ਜਾਂ ਮਿੱਟੀ ਦੇ ਜਿਹੜੇ ਟੈਰਾਕੋਟਾ ਪਾਉਟਰੀ ਦੇ ਬਹੁਤ ਸਾਰੇ ਪੀਸਿਸ ਇਥੋਂ ਮਿਲੇ ਨੇ ਤੇ ਅੱਜ ਵੀ ਜੇਕਰ ਸਰਕਾਰ ਇੱਥੇ ਮਿਊਜ਼ੀਅਮ ਬਣਾਉਂਦੀ ਹੈ ਤੇ ਮੈਂ ਉਹ ਸਰਕਾਰ ਨੂੰ ਦਿਨ ਨੂੰ ਤਿਆਰ ਐਂ ਚੀਜ਼ਾਂ ਕਿ ਸਰਕਾਰ ਇੱਥੇ ਮਿਊਜ਼ੀਅਮ ਬਣਾਵੇ ਉਹਨਾਂ ਚੀਜ਼ਾਂ ਦੀ ਇਸ ਇਲਾਕੇ ਦੇ ਸੰਦਰਭ ਦੇ ਨਾਲ ਸਟੱਡੀ ਹੋਵੇ ਤੇ ਅਸੀਂ ਨਾਲ ਯੋਗਦਾਨ ਕਰਨ ਨੂੰ ਤਿਆਰ ਐ ਕਿਉਂਕਿ ਸਾਡੇ ਪੰਜਾਬ ਦੇ ਉੱਤੇ ਮੈਕਸਿਮਮ ਖੋਜ ਹੋਣੀ ਚਾਹੀਦੀ ਹੈ ਔਰ ਖਾਸ ਕਰਕੇ ਗੁਰੂ ਨਗਰੀ ਦੇ ਉੱਤੇ ਖੋਜ ਹੋਣੀ ਚਾਹੀਦੀ ਕਿ ਕਿੰਨੀਆਂ ਸੱਭਿਆਤਮਾਂ ਇੱਥੇ ਆਈਆਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਆਖਦੇ ਨੇ ਕਿ ਜਿਸ ਆਸਨ ਹਮ ਬੈਠੇ ਕਿੱਤੇ ਬੈਸ ਗਏ ਹਜ਼ਾਰਾਂ ਲੋਕ ਆਏ ਹਜ਼ਾਰਾਂ ਇੱਥੇ ਬੈਠ ਕੇ ਇੱਥੇ ਵਿਵਹਾਰ ਕਰਕੇ ਚਲੇ ਗਏ ਤੇ ਅਸੀਂ ਵੀ ਚਲੇ ਜਾਣਾ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਸਾਰੇ ਪੰਜਾਬ ਨਾਲ ਮੁਹੱਬਤ ਕਰਨ ਵਾਲੇ ਔਰ ਖਾਸ ਕਰਕੇ ਗੁਰੂ ਘਰ ਨਾਲ ਮੁਹੱਬਤ ਕਰਨ ਵਾਲੇ ਆ ਤੇ ਜੇਕਰ ਖੋਜ ਕਾਰਜ ਹੋਏਗਾ ਤੇ ਤਾਂ ਹੀ ਅਸੀਂ ਅੰਮ੍ਰਿਤਸਰ ਨੂੰ ਦੁਨੀਆ ਦੇ ਨਕਸ਼ੇ ਤੇ ਵਿਸ਼ੇਸ਼ ਤੌਰ ਤੇ ਉਭਾਰ ਸਕਾਂਗੇ ਇੱਕ ਲਾਸਟ ਸਵਾਲ ਲਵਾਂਗੇ ਤੁਹਾਡੇ ਕੋਲੋਂ ਕਿ ਖਾਸ ਤੌਰ ਤੇ ਇੱਥੇ ਕੀੜੇ ਦੇਖਣ ਨੂੰ ਮਿਲਦੇ ਨੇ ਤੁਸੀਂ ਉਹਨਾਂ ਨੂੰ ਕੀ ਚਿੰਨ ਮੰਨਦੇ ਹੋ ਕੀ ਖਾਸ ਹੋ ਸਕਦਾ ਇੱਥੇ ਇਸ ਥੇਹ ਦੇ ਉੱਤੇ ਬਹੁਤ ਸਾਰੇ ਕੀੜੇ ਨੇ ਤੇ ਕੀੜੇ ਇਸ ਗੱਲ ਨੂੰ ਵੀ ਸੰਕੇਤ ਕਰਦੇ ਆ ਕਿ ਇਹਦੇ ਥੱਲੇ ਡੈੱਡ ਬਾਡੀਜ਼ ਹੈਗੀਆਂ ਨੇ ਜਿੱਥੇ ਡੈੱਡ ਬਾਡੀਜ਼ ਥੱਲੇ ਦਫਨਾਈਆਂ ਹੁੰਦੀਆਂ ਨੇ ਉੱਥੇ ਕੀੜੇ ਆਪਣੇ ਆਪ ਬਹੁਤ ਨਿਕਲਦੇ ਨੇ ਕਈ ਪੁਲਿਸ ਆਫਸਰ ਵੀ ਇਹਨੂੰ ਆਧਾਰ ਬਣਾ ਕੇ ਖੋਜਾਂ ਕਰਦੇ ਨੇ ਤੇ ਅਸੀਂ ਆਰਕੀਓਲੋਜੀਸਟ ਜਿਹੜੇ ਹੈਗੇ ਆ ਉਹ ਵੀ ਇਹਨੂੰ ਆਧਾਰ ਬਣਾ ਕੇ ਖੋਜ ਕਰਦੇ ਆ ਕਿ ਇਹਦੀ ਕਿੰਨੀ ਡੈਪਥ ਥੱਲੇ ਕਿਹੜੀ ਚੀਜ਼ ਪਈ ਆ ਤੁਸੀਂ ਤੁਹਾਨੂੰ ਮੈਂ ਤੁਹਾਨੂੰ ਦਿਖਾਇਆ ਕਿ ਉੱਪਰਲੀ ਲੇਅਰ ਤੇ ਕੁਸ਼ਾਨ ਪੀਰੀਅਡ ਦੀਆਂ ਜਿਹੜੀਆਂ ਇੱਟਾਂ ਨੇ ਔਰ ਉਹ ਇੱਟ ਦਾ ਸਾਈਜ਼ ਜਿਹੜਾ 14 ਇ 2.5 ਇੰਚ ਜਿਹੜੀ ਹੈ ਉਹ ਮੋਟੀ ਹੈ ਉੱਪਰਲੀ ਲੇਅਰ ਚ ਪਈਆਂ ਨੇ ਤੇ ਥੱਲੜੀ ਲੇਅਰ ਨਿਸ਼ਚਿਤ ਤੌਰ ਤੇ ਉਹਦੇ ਨਾਲੋਂ ਬਹੁਤ ਪੁਰਾਣੀ ਹੋਏਗੀ ਇਹਦੇ ਨਾਲ ਉਹ ਜਿਹੜੀ ਉੱਪਰਲੀ ਲੇਅਰ ਸੀਗੀ ਉਹ ਮੁਗਲ ਪੀਰੀਅਡ ਸੀਗਾ ਜਿਹੜਾ ਸਮੇਂ ਦੇ ਨਾਲ ਮੀਂਹ ਪੈਣ ਨਾਲ ਖੁਰ ਕੇ ਜਿਹੜਾ ਸਾਈਡ ਤੇ ਚਲਾ ਗਿਆ ਆ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਸਰਕਾਰ ਕੋਲੋਂ ਕੀ ਮੰਗ ਰੱਖਦੇ ਹੋ ਮੈਂ ਸਰਕਾਰ ਕੋਲੋਂ ਇਹ ਮੰਗ ਰੱਖਦਾ ਹਾਂ ਕਿ ਖਾਸ ਕਰਕੇ ਵਕਫ ਬੋਰਡ ਜਿਹੜੀਆਂ ਜ਼ਮੀਨਾਂ ਜ਼ਿਮੀਂਦਾਰਾਂ ਨੂੰ ਦੇ ਦਿੰਦੇ ਨੇ ਵਾਉਣ ਵਾਸਤੇ ਤੇ ਉਹ ਜਿਹੜੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਅਗਰ ਕੋਈ ਕਿਉਂਕਿ ਪਹਿਲਾਂ ਉੱਥੇ ਆਰਕੀਓਲੋਜੀ ਵਿਭਾਗ ਆਪਣਾ ਸਰਵੇ ਕਰੇ ਕਿ ਇਹ ਜ਼ਮੀਨ ਜਿਹੜੀ ਹੈ ਉਹ ਦੇਣ ਵਾਲੀ ਹੈ ਕਿ ਨਹੀਂ ਕਿਸਾਨੀ ਵਾਸਤੇ ਦੂਸਰਾ ਇਹ ਹੈ ਕਿ ਹੁਣ ਤੱਕ ਸਾਡੇ ਜਿਹੜਾ ਆਰਕੀਓਲੋਜੀ ਵਿਭਾਗ ਆ ਉਹ ਬਣੀਆਂ ਹੋਈਆਂ ਬਿਲਡਿੰਗਾਂ ਨੂੰ ਉਹਨਾਂ ਦੀ ਹਫਾਜ਼ਤ ਰੱਖ-ਰਖਾਓ ਵਾਸਤੇ ਤੇ ਮਿਹਨਤ ਕਰ ਰਿਹਾ ਹੈ ਲੇਕਿਨ ਜਿਹੜੀਆਂ ਇਹ ਸਾਈਟਾਂ ਖਰਾਬ ਹੋ ਰਹੀਆਂ ਜਿਨ੍ਹਾਂ ਦੇ ਥੱਲੇ ਬਹੁਤ ਕੁਝ ਦੱਬਿਆ ਹੋਇਆ ਵਿਭਾਗ ਉਹਨਾਂ ਵਾਸਤੇ ਕੰਮ ਨਹੀਂ ਕਰ ਰਿਹਾ ਵਿਭਾਗ ਦੀਆਂ ਆਪਣੀਆਂ ਮਜਬੂਰੀਆਂ ਨੇ ਉੱਥੇ ਮੁਲਾਜ਼ਮ ਘਟਨੇ ਜਾਂ ਉਹ ਜਿਹੜਾ ਸ਼ੌਕ ਨਹੀਂ ਕਰਦੇ ਮੈਂ ਸਮਝਦਾ ਕਿ ਵਿਭਾਗ ਨੂੰ ਜ਼ਿਆਦਾ ਕੰਮ ਸੁਹਿਰਦਤਾ ਦੇ ਨਾਲ ਕਰਨ ਦੀ ਲੋੜ ਹੈ ਔਰ ਅਮਰਸਾਹਰ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਥੇ ਆ ਉਹਨਾਂ ਦਾ ਦੁਬਾਰਾ ਸਰਵੇ ਕਰਕੇ ਉਹਨਾਂ ਦੇ ਰੱਖ-ਰਖਾਵ ਦੀ ਜ਼ਰੂਰਤ ਹੈ ਹਰਸਾ ਸ਼ਿਨਾ ਉਹਨਾਂ ਦੇ ਵਿੱਚੋਂ ਇੱਕ ਸਪੈਸ਼ਲ ਥੀ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਇਹਨਾਂ ਦੇਵਦਰ ਸਾਹਿਬ ਜਿਹੜੇ ਪਿਛਲੇ 30 ਸਾਲਾਂ ਤੋਂ ਇਸ ਸਾਈਡ ਦੇ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਦਾ ਮੰਨਣਾ ਹੈ ਕਿ ਇਹ ਜਿਹੜੀ ਜਗ੍ਹਾ ਹੈ ਬਹੁਤ ਹੀ ਪ੍ਰਾਤਨ ਹੈ ਤੇ ਇਸ ਜਗ੍ਹਾ ਦੇ ਉੱਤੋਂ ਲਾਹੌਰ ਦੇੜਾ ਸੀ ਉਹ ਸ਼ਹਿਰ ਦਿਖਦਾ ਸੀ ਤਾਂ ਲਾਹੌਰ ਦੇ ਵਿੱਚ ਜਿਹੜੀਆਂ ਰਾਤ ਨੂੰ ਲਾਈਟਾਂ जगਮਗਾਉਂਦੀਆਂ ਸਨ ਇੱਥੋਂ ਦੇ ਲੋਕ ਉੱਥੋਂ ਦਾ ਨਜ਼ਾਰਾ ਜਰ ਲੈਂਦੇ ਸਨ ਕਿਉਂਕਿ ਲਾਹੌਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸ਼ਹਿਰ ਸੀ ਤਾਂ ਜਦੋਂ ਵੀ ਇੱਥੋਂ ਲੋਕ ਦੇਖਦੇ ਸਨ ਤਾਂ ਆਪਣੇ ਆਪ ਦੇ ਵਿੱਚ ਇੱਕ ਖਾਸ ਜਿਹੜਾ ਮਾਹੌਲ ਬਣਦਾ ਸੀ ਸੋ ਜਦੋਂ ਅਸੀਂ ਇਸtheta ਦੀ ਗੱਲ ਕੀਤੀ ਕਰਦੇ ਹਾਂ ਹਰਸਾ ਸ਼ੀਨਾ ਤੇ ਬਹੁਤ ਤੇ ਨਾਰਥਨ ਦਾ ਸਭ ਤੋਂ ਵੱਡਾ ਪ੍ਰਾਤਨਥੇ ਜਿਹੜਾ ਮੰਨਿਆ ਜਾਂਦਾ ਹੈ ਤਾਂ ਇਸ ਨੂੰ ਸੰਭਾਲਣ ਦੀ ਲੋੜ ਹੈ ਸਰਕਾਰਾਂ ਨੂੰ ਕਿਤੇ ਨਾ ਕਿਤੇ ਸੰਜੀਦਾ ਹੋਣ ਦੀ ਲੋੜ ਹੈ ਤਾਂ ਜੋ ਜਿਹੜਾ ਸਾਡਾ ਇਤਿਹਾਸ ਹੈ ਉਹਦੇ ਬਾਰੇ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਦੱਸ ਸਕੀਏ ਕਿਸ ਤਰੀਕੇ ਨਾਲ ਸਾਡਾ ਇਤਿਹਾਸ ਰਿਹਾ ਹੈ ਤੇ ਇਹ ਜਿਹੜੀ ਪ੍ਰਾਤਨਥੇ ਨੇ ਜੋ ਕਿ ਇੱਕ ਮਹਿਜ਼ ਲੋਕਾਂ ਵਾਸਤੇ ਮਿੱਟੀ ਹੈ ਪਰ ਬਹੁਤ ਹੀ ਦੁਰਲਭ ਖਜ਼ਾਨਾ ਜਿਹੜਾ ਅੱਜ ਵੀ ਇੱਥੇ ਦੱਬਿਆ ਹੋਇਆ ਹੈ ਉਸ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ ਰੁਪਿੰਦਰਪਾਲ ਡਿੰਪਲ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ